ਸਰ ਜੋ ਪੀਐਸਟੈਟ ਹੈ ਇਹ ਅੱਜ ਕੱਲ੍ਹ ਤਾਂ ਇੱਕ ਐਲੀਜੀਬਿਲਿਟੀ ਟੈਸਟ ਬਣ ਚੁੱਕਿਆ ਹੈ। ਪਹਿਲਾਂ ਜਾਂ ਫਿਰ ਪਿਛਲੇ ਸਾਲਾਂ ਦੇ ਵਿੱਚ ਅਸੀਂ ਦੇਖਿਆ ਸੀ ਕਿ ਇਹ ਇੱਕ ਮੈਰਿਟ ਪੇਪਰ ਹੁੰਦਾ ਸੀਗਾ, ਤਾਂ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਰ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਪਹਿਲਾਂ ਇੱਕ ਏਦਾਂ ਦਾ ਪੇਪਰ ਦੇ ਤੌਰ ਤੇ ਜਾਣਿਆ ਜਾਂਦਾ ਸੀਗਾ ਕਿ ਪੇਪਰ ਦਿਓ ਤੇ ਉਸ ਤੋਂ ਬਾਅਦ ਇੱਕ ਵਿਦਿਆਰਥੀ ਅਧਿਆਪਕ ਅਧਿਆਪਕ ਬਣਨ ਵਾਲੀ ਸਾਈਡ ਤੇ ਜਾਇਆ ਕਰਦੇ ਸਨ। ਹਾਂਜੀ ਸਰ, ਜਿਹੜਾ ਹੁਣ ਫੇਜ਼ ਆ ਚੁੱਕਿਆ ਸਰ ਉਹ ਬਿਲਕੁਲ ਪਹਿਲਾਂ ਮਾਸਟਰ ਕੈਡਰ ਬੀਐਡ ਵਾਲੇ ਸਟੂਡੈਂਟਸ ਲਈ ਇਹ ਚੀਜ਼ ਹੋਈ, ਹਾਂਜੀ, ਤੇ ਹੁਣ ਜਿਹੜੀ ਹੈਗੀ ਹੈ ETT ਕੈਡਰ ਦੇ ਲਈ ਵੀ 2020 ਕੋਵਿਡ ਦੇ ਟਾਈਮ ਤੋਂ ਬਹੁਤ ਲੰਬੀ ਵੇਟ ਤੋਂ ਬਾਅਦ ਸਟੂਡੈਂਟਸ ਨੂੰ ਇੱਕ ਅਨਾਊਂਸਮੈਂਟ ਮਿਲੀ ਤਾਂ ETT ਕੈਡਰ ਵੀ ਦੇਖਣ ਨੂੰ ਮਿਲਿਆ, ਉਹ ਕੋਵਿਡ ਕਰਕੇ ਥੋੜ੍ਹਾ ਲੰਬਾ ਗਿਆ। ਤਾਂ ਇਹ ਚੀਜ਼ ਸੱਚ ਹੈ ਸਰ ਕਿ ਹੁਣ ਉਹ ਐਲੀਜੀਬਿਲਿਟੀ ਪੇਪਰ ਦੇ ਰੂਪ ਵਿੱਚ ਹੈਗਾ ਹੈ, ਤੇ ਇੱਕ ਮੇਨ ਚੀਜ਼ ਇਹ ਵੀ ਹੈ ਸਰ ਕਿ ਉਹਨਾਂ ਨੇ ਐਸੇ ਕਰਕੇ ਪੀਐਸਟੈਟ ਦੇ ਸਰਟੀਫਿਕੇਟ ਨੂੰ ਲਾਈਫ ਟਾਈਮ ਠਹਿਰਾ ਦਿੱਤਾ ਹੈ ਸਰ। ਓਕੇ ਸਰ, ਸਰ ਜਿਵੇਂ ਕਿ ਤੁਸੀਂ ਦੱਸਿਆ ਸੀ ਕਿ ਇਹ ਇੱਕ ਹੁਣ ਐਲੀਜੀਬਿਲਿਟੀ ਟੈਸਟ ਬਣ ਗਿਆ, ਜਦੋਂ ਇਹ ਮੈਰਿਟ ਪੇਪਰ ਹੁੰਦਾ ਸੀ ਉਦੋਂ ਬਹੁਤ ਘੱਟ ਬੱਚੇ ਇਸ ਨੂੰ ਪਾਸ ਕਰ ਪਾਉਂਦੇ ਸੀ, 2% 2.5% ਸਿਰਫ ਇੰਨਾ ਕਿ ਇਸ ਦਾ ਮਾਰਜਨ ਰਹਿੰਦਾ ਸੀ, 1-1% ਆਪਾਂ ਕਹਿ ਸਕਦੇ ਹਾਂ ਕਿ ਰਿਜ਼ਲਟ ਰਿਹਾ। ਅੱਜ ਕੱਲ੍ਹ ਇਹ ਵਾਲਾ ਪੇਪਰ ਜਿਹੜਾ ਹੈ 20% 22% ਜਾਂ ਫਿਰ ਕਹਿ ਸਕਦੇ ਹਾਂ 15% ਤੱਕ ਬੱਚੇ ਕਲੀਅਰ ਕਰਨ ਲੱਗ ਪਏ ਆ, ਇਸ ਦੇ ਪਿੱਛੇ ਕੀ ਰਾਜ਼ ਹੋ ਸਕਦਾ ਹੈ? ਸਰ ਤੁਹਾਡੀ ਗੱਲ ਪਹਿਲਾਂ ਤਾਂ ਇੱਕ ਸੱਚ ਹੈ ਕਿ 8 ਤੋਂ 10 ਗੁਣਾ ਉਹ ਨੰਬਰ ਵੱਧ ਗਿਆ ਹੈ, ਨੰਬਰ ਮੈਟਰ ਕਰਦਾ, ਵੈਰੀ ਕਰਦਾ ਸਰ ਉਹਨੂੰ, ਇਹ ਸੱਚ ਹੈ। ਪਿਛਲੀ ਵਾਰ ETT ਦਾ ਪੇਪਰ ਹਾਲਾਂਕਿ ਬਹੁਤ ਘੱਟ ਰਿਜ਼ਲਟ ਰਿਹਾ, ਉਹ ਨੰਬਰ ਆਫ ਰੀਜ਼ਨ ਸੀ ਸਰ ਉਹਦੇ ਪਿੱਛੇ, ਮਿਸ ਪ੍ਰਿੰਟਿੰਗ ਸੀ ਚਾਹੇ ਆਊਟ ਆਫ ਸਿਲੇਬਸ ਕੁਛ ਵੀ, ਮਤਲਬ ਥੋੜ੍ਹਾ ਵਾਈਡ ਕਰ ਦੇਣਾ ਆਊਟ ਆਫ ਸਿਲੇਬਸ ਦੇ ਨਾਲ ਨਾਲ, ਮੈਂ ਗੱਲ ਇਹ ਵੀ ਕਹਿ ਸਕਦਾ ਕਿ ਸਰ ਸਿਲੇਬਸ ਤਾਂ ਥੋੜ੍ਹਾ ਵਾਈਡ ਕਰ ਦੇਣਾ। ਸੋ ਇੱਦਾਂ ਦੀਆਂ ਚੀਜ਼ਾਂ ਬਹੁਤ ਸਾਰੀਆਂ ਹੋਈਆਂ, ਪਰ ਸਰ ਇੱਥੇ ਨਾ ਇੱਕ ਸੱਚ ਜਾਣ ਕੇ ਚੱਲਿਓ ਕਿ ਸਟੂਡੈਂਟ ਅੱਜ ਇੱਕ ਟਾਈਮ ਤੇ ਗਲਤੀ ਇਹ ਕਰ ਰਿਹਾ, ਬਹੁਤ ਵੱਡੀ ਗਲਤੀ ਕਰ ਰਿਹਾ ਸਰ, ਉਹ ਬੁੱਕ ਖੋਲਦਾ ਹੈ ਸਪੈਸ਼ਲੀ ਸਰ ਉਹ ਸਟੂਡੈਂਟ ਜਿਹਨੂੰ ਸਾਲ ਸਵਾ ਸਾਲ 1.5 ਸਾਲ ਹੋ ਗਿਆ ਪੜ੍ਹਦੇ ਹੋਏ ਨੂੰ, ਹਾਂਜੀ ਸਰ, ਬੁੱਕ ਖੋਲੇਗਾ, ਅੱਛਾ ਜੀ ਆਹ ਚੈਪਟਰ ਪੜ੍ਹਨਾ ਹੈ ਜੀ, ਲੈ ਆਉਂਦਾ ਹੈ ਜੀ, ਪੰਨਾ ਫਰੋਲਿਆ, ਲੈ ਆਹ ਵੀ ਆਉਂਦਾ ਹੈ ਜੀ, ਆਹ ਵੀ ਆਉਂਦਾ ਜੀ, ਤੀਸਰਾ ਚੌਥਾ ਪੰਜਵਾਂ 15 ਪੰਨੇ ਫਰੋਲ ਕੇ ਬਸ ਬੁੱਕ ਬੰਦ ਕਰ ਦਿੰਦਾ, ਕਹਿੰਦਾ ਆਹ ਕਿੱਡੀ ਕੋਈ ਗੱਲ ਹੈ ਜੀ, ਅੱਛਾ 8ਵੀਂ ਜਮਾਤ ਦੀ ਬੁੱਕ ਹੈ, ਲੈ ਆਹ ਇੰਨੀ ਵਾਰ ਤਾਂ ਪੜ੍ਹਤੀ ਹੈ ਜੀ। ਪਰ ਸਰ ਸੱਚ ਜਾਣਿਓ ਜਦੋਂ MCQs ਕਰਦਾ ਬੱਚਾ, ਕਹਿੰਦਾ ਨਾ ਸਰ ਆਪਾਂ ਨੂੰ ਕਿ MCQs ਮੇਰੇ ਗਲਤ ਹੋ ਜਾਂਦੇ ਆ ਸਰ, ਹਾਂਜੀ ਮੇਰੇ ਕੋਲ ਮੌਕ ਟੈਸਟ ਵਿੱਚ ਆਨਸਰ ਨਹੀਂ ਆ ਰਿਹਾ ਸਰ, ਹਾਂਜੀ ਸਰ, ਮੌਕ ਟੈਸਟ ਵਿੱਚ ਵੀ ਸਰ ਮੈਨੂੰ ਆਉਂਦਾ ਤਾਂ ਬੜਾ ਕੁਝ ਹੈ, ਇਹ ਉਹਨਾਂ ਸਾਰੇ ਸਟੂਡੈਂਟਸ ਨੂੰ ਰਿਪਲਾਈ ਹੈ ਸਰ ਜਿਹੜੇ ਕਹਿੰਦੇ ਆ ਕਿ ਸਰ ਮੈਨੂੰ ਆਉਂਦਾ ਤਾਂ ਬਹੁਤ ਹੈ, ਗੱਲਾਂ ਕੌੜੀਆਂ ਨੇ ਸਰ ਥੋੜੀਆਂ, ਸੱਚੀਆਂ ਵੀ ਨੇ ਥੋੜੀਆਂ, ਬੁਰੀਆਂ ਵੀ ਲੱਗਣਗੀਆਂ, ਹਾਂ ਪਰ ਜਿਹੜਾ ਸੱਚ ਸਮਝ ਗਿਆ ਸਰ ਉਹ ਜ਼ਿੰਦਗੀ ਸਵਾਰ ਦੇਗਾ। ਹਾਂਜੀ ਹਾਂਜੀ ਇਹ ਤੇ ਹੈ ਸਰ, ਗੱਲ ਇੱਦਾਂ ਹੈ ਕਿ ਉਹ ਸਟੂਡੈਂਟ ਆਪਦੀ ਕਨਸੈਪਚੁਅਲ ਅੰਡਰਸਟੈਂਡਿੰਗ ਬਣਾ ਹੀ ਨਹੀਂ ਗਿਆ, ਉਹ ਕੀ ਕਰ ਰਿਹਾ ਹੈ ਲਾਈਕ MCQ ਦੇਖਿਆ, ਅੱਛਾ ਠੀਕ ਹੈ ਬਸ ਇਹਦਾ ਆਨਸਰ ਆਹੀ ਹੈ, ਪਿਆਜੇ ਦੇ ਅਕੋਰਡਿੰਗ ਆਹੀ ਹੈ, ਹਾਂਜੀ ਹਾਂਜੀ, ਹੁਣ ਉਹ ਚੀਜ਼ ਨੂੰ ਆਪਣੀ ਰੀਅਲ ਲਾਈਫ ਵਿੱਚ ਪ੍ਰੈਕਟੀਕਲ ਦੇਖਣਾ ਪਏਗਾ ਸਰ, ਉਹ ਬੱਚਾ ਦੇਖ ਨਹੀਂ ਰਿਹਾ, ਐਂਡ ਉਹ ਬਸ ਜਿੱਦਾਂ ਨਾ ਸਰ ਇਹ ਸੱਚ ਜਾਣਿਓ ਇਹ ਬੱਚਾ ਕੀ ਕਰ ਰਿਹਾ, ਇਹ ਕਹਿੰਦਾ ਕਿ ਬਸ ਮੈਨੂੰ ਪੇਪਰ ਬਸ ਇੱਕ ਵਾਰੀ 90 ਨੰਬਰ ਲੈਣੇ ਆ, 82 ਲੈਣੇ ਆ, ਬਸ ਮੇਰਾ ਕੰਮ ਉੱਥੋਂ ਤੱਕ ਹੈ। ਉਹ ਸਰ ਇੱਕ ਤਾਂ ਟਾਰਗੇਟ ਵਾਲੀ ਗੱਲ ਵੀ ਹੈ, ਟਾਰਗੇਟ ਵੀ ਛੋਟਾ ਕਰਕੇ ਬੈਠੇ ਆ, ਹਾਂਜੀ, ਤੇ ਫਿਰ ਕੇ ਸਰ ਇੱਕ ਵੱਡੀ ਗੱਲ ਨਾਲ ਇੱਥੇ ਇਹ ਵੀ ਹੈਗੀ ਹੈ ਕਿ ਉਹ ਇਹ ਗਲਤੀ ਕਰ ਰਹੇ ਆ ਕਿ ਉਹਨਾਂ ਦੇ ਅਕੋਰਡਿੰਗ ਟੌਪਿਕ ਹੋ ਜਾ ਰਿਹਾ ਪਰ ਸੱਚਮੁੱਚ ਵਿੱਚ ਉਹ ਟੌਪਿਕ ਨਹੀਂ ਹੋ ਜਾ ਰਿਹਾ ਸਰ, ਉੱਥੇ ਕਮੀ ਹੈ ਜਿਹੜੀ ਹੈਗੀ ਆ, ਬੱਚੇ ਜ਼ਰੂਰ ਤੋਂ ਜਿਹੜਾ ਹੈਗਾ ਰਹਿ ਪਾ ਰਹੇ ਹੈਗੇ ਆ। ਐਸੇ ਕਰਕੇ ਜੇ ਚਾਹੁੰਦੇ ਆ, ਕਿਉਂਕਿ ਐਲੀਜੀਬਿਲਿਟੀ ਪੇਪਰ ਵਿੱਚ ਸਰ ਗੌਰਮੈਂਟ ਇਹ ਖੁਦ ਚਾਹੁੰਦੀ ਹੈ ਕਿ ਬੱਚਾ ਜ਼ਿਆਦਾ ਕੁਆਲੀਫਾਈ ਕਰੇ, ਕਿਉਂਕਿ ਗੌਰਮੈਂਟ ਤਾਂ ਹੀ ਅਗਲੇ ਪੇਪਰ ਦੀ ਲਈ ਸਰ ਜਿਹੜੀ ਵੈਕੈਂਸੀ ਸੀਗੀਆਂ ਤਾਂ ਹੀ ਜਨਰੇਟ ਕਰ ਪਾਏਗੀ, ਇਹਦੇ 'ਚ ਕੋਈ ਡਾਊਟ ਨਹੀਂ ਹੈ। ਸੋ ਬੱਚੇ ਨੂੰ ਇਹ ਗੱਲ ਸਮਝ ਨਹੀਂ ਪਏਗੀ ਜਿੱਥੇ ਬਹੁਤ ਵੱਡੀ ਕਾਊਂਟਿੰਗ ਵਿੱਚ ਸਰ, ਜੇ ਤੁਸੀਂ ਕਹਿੰਦੇ ਹੋ ਵੀ 15 ਤੋਂ 20 18-17-10% ਜਿੰਨਾ ਵੀ ਬੱਚਾ ਪਾਸ ਹੋ ਰਿਹਾ, ਜਾਂ ਪਿਛਲੀ ਵਾਰ ਚਲੋ PSTET 1 ਦਾ ETT ਦਾ ਰਿਜ਼ਲਟ ਬਹੁਤ ਜ਼ਿਆਦਾ ਡਰੋਪ ਰਿਹਾ ਸਰ, ਬਹੁਤ ਲਿਮਿਟਿਡ ਨੰਬਰ ਜਿਹੜਾ ਹੈਗਾ ਬੱਚਿਆਂ ਦਾ ਪਾਸ ਹੋਇਆ ਦੱਸਿਆ,
ਦੱਸਿਆ ਜਾਂਦਾ ਤਾਂ ਬੱਚੇ ਨੂੰ ਇੱਥੇ ਸੁਧਰਨਾ ਪਏਗਾ, ਆਪਦੇ ਆਪ ਨੂੰ ਸੁਧਾਰਨਾ ਪਏਗਾ, ਗਲਤੀਆਂ 'ਤੇ ਓਵਰਕਮ ਕਰਨਾ ਪਏਗਾ ਸਰ। ਸਰ ਜਿਵੇਂ ਕਿ ਆਪਾਂ ਗੱਲ ਕਰ ਹੀ ਰਹੇ ਹਾਂ ਕਿ ਚਲੋ 15% ਰਿਜ਼ਲਟ ਆ ਗਿਆ, 10% ਜਾਂ ਕਿ 20% ਰਿਜ਼ਲਟ ਆ ਗਿਆ, ਹੁਣ 20% ਤਾਂ ਪਾਸ ਹੋ ਗਏ, ਉਹਦੇ ਵਿੱਚੋਂ 80% ਰਹਿ ਵੀ ਗਏ ਨੇ, ਉਹਨਾਂ ਵਾਸਤੇ ਕੋਈ ਸਟੱਡੀ ਪਲਾਨ ਜਾਂ ਕੋਈ ਨਾ ਕੋਈ ਤੁਹਾਡੇ ਜਿਹੜੇ ਵਿਚਾਰ ਹੋਣ ਕਿ ਉਹ 80% ਵੀ ਆਪਣੇ ਆਪ ਨੂੰ ਕਿਵੇਂ ਇਨਕਰੀਜ਼ ਕਰ ਸਕਦੇ ਹੈ, ਆਪਣੀ ਤਿਆਰੀ ਨੂੰ ਕਿਵੇਂ ਰੱਖ ਸਕਦੇ ਹੈ? ਸਰ ਸਟੂਡੈਂਟ ਬਹਾਨਾ ਮਾਰਦੇ ਹੈ ਕਿ ਅੱਜ ਇੰਨੇ ਦਿਨ ਰਹਿ ਗਏ, ਅੱਜ ਇੰਨੇ ਰਹਿ ਗਏ, ਕਾਊਂਟਡਾਊਨ ਇਹਨਾਂ ਨੇ ਸ਼ੁਰੂ ਕੀਤਾ ਹੋਇਆ ਸਰ। ਸਵੇਰੇ ਉੱਠਦੇ ਆ ਨਾ ਪਹਿਲੀ ਯਾਦ ਇਹ ਆਉਂਦਾ ਨੂੰ ਆਉਂਦਾ ਕਿ ਅੱਜ ਇੰਨੇ ਦਿਨ ਰਹਿ ਗਏ। ਹਾਂਜੀ ਸਰ। ਟੀਚਰ ਨੂੰ ਯਾਦ ਨਹੀਂ ਹੈ, ਬੱਚਿਆਂ ਨੂੰ ਯਾਦ ਹੈ ਸਰ ਅੱਜ ਇੰਨੇ ਦਿਨ ਰਹਿ ਗਏ। ਹਾਂਜੀ। ਪਰ ਸਰ ਇਹਨਾਂ ਨੂੰ ਨਾ ਜਸਟ ਪਲੈਨਿੰਗ 'ਤੇ ਤੁਰਨਾ ਪਏਗਾ, ਅਤੇ ਪਲੈਨਿੰਗ 'ਤੇ ਤੁਰਨ ਵਾਸਤੇ ਸਰ ਮੈਂ ਮੈਰਾਥਨ ਕਲਾਸ ਪਿਛਲੇ ਦਿਨਾਂ 'ਚ ਲਾਈ ਸੀ, ਉਹਦੇ ਵਿੱਚ ਮੈਂ ਇੱਕ ਅਨਾਊਂਸਮੈਂਟ ਕਰ ਦਿੱਤੀ ਸੀ ਵੱਡੀ। ਇੱਕ ਤਾਂ ਜਿਨ੍ਹਾਂ ਨੇ ਮੈਰਾਥਨ ਨਹੀਂ ਲਗਾਈ ਹੈ ਚਲੋ ਉਹ ਲਗਾਉਣਾ, ਅਕੈਡਮੀ ਦੇ ਟੀਚਰ ਸਾਰੇ ਸਰ ਵੀ ਮੇਰੇ ਅਕੋਰਡਿੰਗ ਲੈ ਕੇ ਆ ਰਹੇ ਆ ਬਹੁਤ ਜਲਦ, ਹੈ ਨਾ, ਸੋ ਅਨਾਊਂਸਮੈਂਟ ਤੁਹਾਨੂੰ ਮਿਲਦੀਆਂ ਰਹਿੰਦੀਆਂ। ਬਟ ਦੂਸਰੀ ਸਾਈਡ ਤੋਂ ਇਹ ਹੈ ਕਿ ਜਿਹੜਾ ਸਟੱਡੀ ਪਲੈਨ ਹੈ ਸਵੇਰੇ ਸਹੀ 6 ਵਜੇ ਸਰ ਆ ਜਾਂਦਾ ਹੈ। ਜਿਹਨੇ ਪੜ੍ਹਨਾ ਹੈ ਸਰ, ਜਿਹੜਾ ਕਹਿੰਦਾ ਸਰ ਜਾਗ ਨਹੀਂ ਆਉਂਦੀ, ਤਾਂ ਪਹਿਲੀ ਵੀਡੀਓ ਹੀ ਉਹ ਚਲਾਏ ਸਰ। ਸਟੱਡੀ ਪਲੈਨ ਦੇ ਵਿੱਚ ਇਕੱਲਾ ਸਟੱਡੀ ਪਲੈਨ ਦੀਆਂ ਮੋਟੀਵੇਸ਼ਨ ਵੀ ਹੈ, ਤਾਂ ਬੱਚਾ ਉੱਠੇਗਾ ਤਾਂ ਇੱਕੋ ਜੋਸ਼ ਪੈਦਾ ਹੋਏਗਾ ਸਰ। ਡਾਇਰੀ 'ਤੇ ਆਪਦਾ ਨੋਟ ਡਾਊਨ ਕਰੇ, ਸਾਰੇ ਦਿਨ ਦੇ ਅਕੋਰਡਿੰਗ ਆਪਦੇ 2 ਜਾਂ 3 ਟਾਈਮ ਟੇਬਲ ਨੂੰ ਵੰਡ ਲਏ ਸਰ। ਭਾਵੇਂ ਕੋਈ ਵਰਕਿੰਗ ਵੀ ਹੈ ਨਾ ਸਰ, ਮੈਂ ਨਹੀਂ ਮੰਨਦਾ ਉਹਦਾ ਪੇਪਰ ਨਹੀਂ ਕਲੀਅਰ ਹੋ ਸਕਦਾ, ਹਾਲੇ ਵੀ ਕਲੀਅਰ ਹੋ ਸਕਦਾ ਸਰ, ਹਾਲੇ ਵੀ ਸਮਾਂ ਬੜਾ ਐਪਰੋਪ੍ਰੀਏਟ ਹੈ, ਬਸ ਸਹੀ ਤਰੀਕੇ ਨਾਲ ਟਰੈਕ 'ਤੇ ਦੌੜਨ ਦੀ ਲੋੜ ਹੈ। ਅਤੇ ਜੋ ਟਾਰਗੇਟ ਦਿੱਤਾ ਜਾ ਰਿਹਾ, ਮੈਂ ਇਹਨਾਂ ਨੂੰ ਸਭ ਨੂੰ ਫਿਰ ਗਾਰੰਟੀ ਦੇ ਰਿਹਾ ਸਰ, ਇਹਨਾਂ ਨੂੰ ਕਹਿ ਦਿਓ ਕਿ ਢੰਗ ਨਾਲ ਕਰ ਲੈਣ, ਐਂਡ ਗਾਰੰਟੀ ਹੈ ਸਰ ਕਿ ਇਹਨਾਂ ਦਾ ਪੇਪਰ ਕਲੀਅਰ ਹੋ ਸਕਦਾ ਹੈ, ਜਿਵੇਂ ਉੱਥੇ ਕਰਵਾਇਆ ਜਾ ਰਿਹਾ, ਜੋ ਆਪਾਂ ਇਹਨਾਂ ਨੂੰ ਮਿਲ ਕੇ ਸਾਰੇ ਟੀਚਰ ਟਾਰਗੇਟ ਦੇ ਰਹੇ ਹਾਂ, ਉਹ ਜ਼ਰੂਰ ਇਹਨਾਂ ਦੇ ਲਈ ਹਿੱਟ ਕਰ ਸਕਦਾ ਹੈ। ਗੱਲ ਉਹੀ ਹੋ ਗਈ ਵੀ ਕੁਆਂਟਿਟੀ ਮੈਟਰ ਨਹੀਂ ਕਰਦੀ ਗੀ, ਕੁਆਲਿਟੀ ਮੈਟਰ ਕਰੇਗੀ, ਵੀ ਜਿਹੜੀ ਕੁਆਲਿਟੀ ਅਸੀਂ ਦੇ ਰਹੇ ਹਾਂ, ਮਤਲਬ ਕਿ ਭਾਵੇਂ ਤੁਸੀਂ ਅਸੀਂ ਜਿਹੜਾ ਸਟੱਡੀ ਪਲੈਨ ਸਵੇਰੇ ਦੇ ਰਹੇ ਹਾਂ, ਤੁਸੀਂ ਸਿਰਫ ਉਸੇ ਦੇ ਉੱਪਰ ਖਰੇ ਉੱਤਰ ਜਾਓ ਤਾਂ ਆਪਣਾ ਜਿਹੜਾ ਪੇਪਰ ਹੈ ਭਾਵੇਂ ਥੋੜ੍ਹਾ ਸਮਾਂ ਰਹਿ ਗਿਆ ਉਸਦੇ ਵਿੱਚ ਵੀ ਪਾਸ ਕਰ ਸਕਦੇ ਹੋ। ਥੈਂਕ ਯੂ। ਸੋ ਥੈਂਕ ਯੂ ਵੈਰੀ ਮੱਚ, ਮਿਲਦੇ ਹਾਂ ਫਿਰ ਆਪਾਂ ਕਿਸੇ ਹੋਰ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਵੈਰੀ ਮੱਚ।